ਹਾਂਜੀ ਪਿਆਰਿਓ ਤੇ ਅੱਜ ਅਸੀਂ ਗੱਲ ਕਰਾਂਗੇ ਨਸੀਬੋ ਲਾਲ ਤੇ ਉਹਦੇ ਪੁੱਤਰ ਮੱਖਣ ਮਲਾਈ ਦੀ ਇਹਨੇ ਪਿਆਰਿਓ ਗਾਣਾ ਗਾ ਕੇ ਪਾਕਿਸਤਾਨੀਆਂ ਦੇ ਤੇ ਦਿਲ ਖੁਸ਼ ਕੀਤੇ ਕੀਤੇ ਨਾ ਤੇ ਇਹ ਪਿਆਰਿਓ ਇੰਡੀਆ 'ਚ ਵੀ ਛਾ ਗਿਆ ਇਹਨੂੰ ਇੰਡੀਆ ਦੀ ਵਾਮ ਨੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਇਹਨੂੰ ਜ਼ਰੂਰ ਸੁਣਿਆ ਤੇ ਜਿੱਦੋ ਪਿਆਰਿਓ ਨਸੀਬੋ ਲਾਲ ਤੇ ਇਹਦਾ ਪੁੱਤਰ ਮੱਖਣ ਮਲਾਈ ਇੰਡੀਆ ਦੇ ਵਿੱਚ ਗਏ ਤੇ ਉਹਨਾਂ ਆਗੋਂ ਇਹਦਾ ਕਿਸਰਾ ਇਸਤਕਬਾਲ ਕੀਤਾ ਤੇ ਜੇ ਪਿਆਰਿਓ ਤੁਸੀਂ ਇਹ ਇਸਤਕਬਾਲ ਵੇਖਣਾ ਚਾਹਦੇ ਜੇ ਤੇ ਇਸ ਵੀਡੀਓ ਨੂੰ ਐਂਡ ਤੱਕ ਰੰਜ਼ੂਰ ਵੇਖੋ ਤੇ ਜੇ ਪਿਆਰਿਓ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤੇ ਮੁਹੱਬਤਾਂ ਦੇ ਨਾਲ ਇਹਨੂੰ ਸਬਸਕ੍ਰਾਈਬ ਵੀ ਕਰ ਦਿਓ ਨਸੀਬੋ ਲਾਲ ਪਿਆਰਿਓ ਨੂਰ ਜਹਾਨ ਤੋਂ ਬਾਅਦ ਜੇ ਐਸੀ ਗਲੂਕਾਰਾ ਹੋਈ ਏ ਕਿ ਇਹਨੂੰ ਪੂਰੇ ਵਰਲਡ ਦੇ ਵਿੱਚ ਸੁਣਿਆ ਗਿਆ ਕਿ ਪਾਕਿਸਤਾਨੀਆਂ ਨੇ ਤੇ ਇਹਨੂੰ ਪਸੰਦ ਕੀਤਾ ਹੀ ਕੀਤਾ ਹੈ ਨਾ ਲੇਕਿਨ ਪਿਆਰਿਓ ਇਹਨੂੰ ਪੂਰੇ ਵਰਲਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸੁਣਿਆ ਗਿਆ ਤੇ ਜਿਹੜਾ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਤੇ ਇਹਨੂੰ ਸੁਣਿਆ ਵੀ ਤੇ ਪੂਰੀ ਦੁਨੀਆ ਦੇ ਫੰਕਸ਼ਨਾਂ ਦੇ ਵਿੱਚ ਇਹਨੇ ਜਾ ਕੇ ਹਿੱਸੇ ਵੀ ਲੈ ਤੇ ਉਹਨਾਂ ਆਪਦੇ ਫੰਕਸ਼ਨਾਂ ਦੇ ਵਿੱਚ ਇਹਨੂੰ ਬੁਲਾਇਆ ਤੇ ਇਸੇ ਤਰ੍ਹਾਂ ਹੀ ਪਿਆਰਿਓ ਇਹਦੇ ਪੁੱਤਰ ਮੱਖਣ ਮਲਾਈ ਨੇ ਜਦੋਂ ਇੰਡੀਆ ਦਾ ਗਾਣਾ ਗਾਇਆ ਵੈੜਿਆ ਤੂੰ ਅੜਿਆ ਤੇ ਅੜਿਆ ਅਲੜਦੀ ਜਾਨ ਦੇ ਬਣੀ ਤੇ ਇਹ ਪਿਆਰਿਓ ਜਦੋਂ ਵਾਇਰਲ ਹੋਇਆ ਤੇ ਇੰਡੀਆ ਵਾਲੇ ਸਿੱਖਾਂ ਲੋਕਾਂ ਨੇ ਇਹਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਬੜੇ ਉਹਨਾਂ ਦਾ ਰੂਹ ਖੁਸ਼ ਹੋਏ ਪਿਆਰਿਓ ਇਹਨਾਂ ਦੋ ਮਾਂ ਪੁੱਤਰਾਂ ਨੂੰ ਆਪਦੇ ਕੋਲ ਆਉਣ ਦੀ ਦਾਵਤ ਦਿੱਤੀ ਤੇ ਕਿਹਾ ਕਿ ਇੰਡੀਆ ਦੇ ਵਿੱਚ ਆਣ ਕੇ ਗਾਓ ਤੇ ਜਦੋਂ ਪਿਆਰਿਓ ਨਸੀਬੋ ਲਾਲ ਤੇ ਇਹਦਾ ਪੁੱਤਰ ਮੱਖਣ ਮਲਾਈ ਇੰਡੀਆ ਦੇ ਵਿੱਚ ਗਿਆ ਉਹਨਾਂ ਪਿਆਰਿਓ ਇਹਨਾਂ ਦਾ ਬਹੁਤ ਹੀ ਵੱਡਾ ਇਸਤਕਬਾਲ ਕੀਤਾ ਤੇ ਇਹਨਾਂ ਨੂੰ ਬਹੁਤ ਹੀ ਅੱਛੀ ਦਾਤ ਦਿੱਤੀ ਤੇ ਨਸੀਬੋ ਲਾਲ ਨੇ ਪਿਆਰਿਓ ਸਿੱਖਾਂ ਦੇ ਕੋਲ ਜਾ ਕੇ ਭਾਰਤ ਦੇ ਵਿੱਚ ਆਪਦੇ ਪੁੱਤਰ ਨੂੰ ਸਟੇਜ ਤੇ ਬੁਲਾ ਕੇ ਤੇ ਕਿਹਾ ਗਾਣਾ ਗਾ ਤੇ ਉਹਨੇ ਪਿਆਰਿਓ ਜਦੋਂ ਗਾਣਾ ਗਾਇਆ ਤੇ ਉਹਨੇ ਉਹਨਾਂ ਦੇ ਵੀ ਹੋਸ਼ ਉਡਾ ਕੇ ਰੱਖ ਦਿੱਤੇ ਕਿ ਵਾਕਈ ਉਹਨਾਂ ਆਖਿਆ ਕਿ ਪਾਕਿਸਤਾਨ ਦੇ ਵਿੱਚ ਇੱਕ ਨਵਾਂ ਸਿੰਗਰ ਜੰਮ ਪਿਆ ਤੇ ਹੁਣ ਪਿਆਰਿਓ ਇਹਦਾ ਜਿਹੜਾ ਪੁੱਤਰ ਮੱਖਣ ਮਲਾਈ ਏ ਉਹਨੇ ਪੂਰੇ ਦਿਲ ਦੇ ਨਾਲ ਸਿੰਗਰ ਬਣੰਦਾ ਦਾਵਾ ਕਰ ਲਿਆ ਤੇ ਚਾਂਦੀ ਮਹੀਨਿਆਂ ਦੇ ਵਿੱਚ ਪਿਆਰਿਓ ਇਹਦਾ ਨਵਾਂ ਐਲਬਮ ਆ ਰਿਹਾ ਹੈ ਤੇ ਜੇ ਪਿਆਰਿਓ ਤੁਸੀਂ ਇਹੋ ਜੀਆਂ ਜਾਣਕਾਰੀ ਵਾਲੀਆਂ ਸਟੋਰੀਆਂ ਸੁਣਨਾ ਚਾਹਦੇ ਜੇ ਜਾਂ ਵੇਖਣਾ ਚਾਹਦੇ ਜੇ ਤੇ ਇਸ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਦੇ ਵਿੱਚ ਆਪਦੀ ਰਾਏ ਦਾ ਜ਼ਹਾਰ ਜ਼ਰੂਰ ਕਰਿਆ ਕਰੋ